ਡੀਜ਼ਲ ਫਿਲਟਰ ਚੇਂਜ ਕਰਵਾਉਂਦੇ ਹਨ ਪਰ ਤੁਸੀਂ ਕੋਸ਼ਿਸ਼ ਕਰੋ ਕਿ ਹਰ ਸਰਵਿਸ 'ਤੇ ਹੀ ਡੀਜ਼ਲ ਫਿਲਟਰ ਚੇਂਜ ਕਰਵਾਓ। ਹੁਣ ਆਪਾਂ ਇੰਜਨ ਵਿੱਚੋਂ ਸਾਰਾ ਆਇਲ ਨਿਕਲ ਗਿਆ, ਆਪਾਂ ਖੋਲ੍ਹਿਆ ਹੋਇਆ ਚੈਂਬਰ ਨਟ ਲਾਇਆ ਅਤੇ ਇੰਜਨ ਵਿੱਚ ਨਵਾਂ ਆਇਲ ਪਾ ਦਿੱਤਾ। ਹੁਣ ਆਪਾਂ ਬੈਟਰੀ ਦਾ ਪਾਣੀ, ਬ੍ਰੇਕ ਆਇਲ ਸਾਰੇ ਆਇਲ ਚੈੱਕ ਕੀਤੇ ਅਤੇ ਪੂਰੇ ਕੀਤੇ। ਇਸ ਵਿੱਚ 26 ਇੰਜਨ ਹੋਣ ਕਰਕੇ ਹੁਣ ਆਪਾਂ ਇਸਦੇ ਯੂਰੀਏ ਵਾਲੇ ਟੈਂਕੀ ਵਿੱਚ ਯੂਰੀਆ ਪਾਇਆ। ਧਿਆਨ ਰੱਖੋ ਕਿ ਕਾਰ ਦੇ ਸਰਵਿਸ ਕਰਵਾਉਣ ਵੇਲੇ ਓਰੀਜਨਲ ਫਿਲਟਰ ਹੀ ਪਵਾਓ, ਜਿਸ ਦੇ ਨਾਲ ਕਿ ਇੰਜਨ ਦੀ ਲਾਈਫ ਵੱਧਦੀ ਹੈ। ਹੁਣ ਆਪਾਂ ਕਾਰ ਨੂੰ ਸਟਾਰਟ ਕੀਤਾ ਤਾਂ ਮੀਟਰ ਵਿੱਚ ਆ ਰਹੀ ਸਰਵਿਸ ਵਾਲੀ ਲਾਈਟ ਨੂੰ ਬਿਨਾਂ ਸਕੈਨਰ ਤੋਂ ਕਲੀਅਰ ਕਰਾਂਗੇ। ਸਟੀਅਰਿੰਗ ਦੇ ਰਾਈਟ ਸਾਈਡ ਸੈਂਟਰ ਵਿੱਚ ਲੱਗੇ ਬਟਨ ਨੂੰ ਦੱਬਾਂਗੇ ਅਤੇ ਇਗਨੀਸ਼ਨ ਨੂੰ ਆਫ ਕਰਕੇ ਫਿਰ ਔਨ ਕਰਾਂਗੇ ਅਤੇ ਮੀਟਰ ਵਿੱਚ ਆ ਰਹੀ ਸਰਵਿਸ ਵਾਲੀ ਲਾਈਟ ਚਲੇ ਗਈ, ਜਿਸ ਤੋਂ ਬਾਅਦ ਆਪਣੀ ਮੇਜਰ ਸਰਵਿਸ ਕੰਪਲੀਟ ਹੋ ਗਈ। ਕਾਰ ਨੂੰ ਸਵੇਰੇ ਚੱਕਣ ਵੇਲੇ 10 ਮਿੰਟ ਸਟਾਰਟ ਕਰਕੇ ਗਰਮ ਜ਼ਰੂਰ ਕਰੋ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਜੁਗਾੜੀ ਕਾਰ ਮਕੈਨਿਕ ਨੂੰ ਫੋਲੋ ਜ਼ਰੂਰ ਕਰੋ।